ਕੋਰੋਨਾ ਵਾਇਰਸ ਨਾਲ ਲਜਿੱਣ ਲਈ ਜਾਰੀ ਕੋਸ਼ਿਸ਼ਾਂ ਦਰਮਿਆਨ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਦੀਆਂ ਵੀ ਪੋਲਾਂ ਖੁੱਲ ਰਹੀਆਂ ਨੇ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਪੀੜਤਾਂ ਲਈ ਬਣਾਏ ਸੈਂਟਰਾਂ ਦੀ ਖਸਤਾ ਹਾਲਤ ਤੋਂ ਮਰੀਜ਼ ਪਰੇਸ਼ਾਨ ਇਸ ਤਰ੍ਹਾਂ ਦਾ ਪਹਿਲਾ ਸੈਂਟਰ ਇੰਡੋ-ਤੀਬਤੀਅਨ ਬਾਰਡਰ ਪੁਲਿਸ ਕੈਂਪ ਸਾਊਥ-ਵੈਸਟ ਦਿੱਲੀ ਵਿੱਚ ਬਣਾਇਆ ਗਿਆ ਇਸ ਵਿੱਚ ਉਹਨਾਂ ਵਿਦਿਆਰਥੀਆਂ ਨੂੰ ਰੱਖਿਆ ਗਿਆ ਸੀ ਜੋ ਚੀਨ ਦੇ ਵਿਹਾਨ ਤੋਂ ਪਰਤੇ ਸਨ ਜਦੋਂ ਇਸ ਮਹਾਮਾਰੀ ਦੀ ਸ਼ੁਰੂਆਤ ਹੋਈ ਸੀ ਪਰ ਪਿਛਲੇ ਕੁਝ ਹਫ਼ਤੇ ਜਦੋਂ ਤੋਂ ਰਾਜਧਾਨੀ ਦਿੱਲੀ ਵਿੱਚ ਮਾਰਚ 2 ਨੂੰ ਪਹਿਲਾ ਕੇਸ ਪੁਖਤਾ ਤੌਰ ਤੇ ਸਾਹਮਣੇ ਆਇਆ ਅੱਠ ਹੋਰ ਸੈਂਟਰ ਬਣਾਏ ਗਏ ਜਿਸ ਨ ਲਗਜ਼ਰੀ ਹੋਟਲ ਵੀ ਸਨ ਜਿਨ੍ਹਾਂ ਵਿੱਚ ਉਹਨਾਂ ਪਾਰਕਿਆਂ ਨੂੰ ਰੱਖਿਆ ਜਾ ਰਿਹਾ ਹੈ ਜੋ ਪ੍ਰਭਾਵਿਤ ਮੁਲਕਾਂ ਤੋਂ ਪਰਤ ਰਹੇ ਨੇ ਇਹਨਾਂ ਵਿੱਚ ਦਿੱਲੀ ਦੇ ਨਰੇਲਾ ਵਿੱਚ ਡੀਡੀਏ ਅਪਾਰਟਮੈਂਟ ਵੀ ਸ਼ਾਮਿਲ ਹੈ ਇੱਕ ਦਿੱਲੀ ਅਰਬਨ ਸ਼ੈਲਟਰ ਇੰਪਰੂਵਮੈਂਟ ਬੋਰਡ ਅਪਾਰਟਮੈਂਟ ਅਤੇ ਪੁਲਿਸ ਟ੍ਰੇਨਿੰਗ ਅਕੈਡਮੀ ਦੁਆਰਕਾ ਡੀਡੀਏ ਅਪਾਰਟਮੈਂਟ ਸੁਲਤਾਨਪੁਰ ਸ਼ਤਰਪੁਰ ਦੀ ਧਰਮਸ਼ਾਲਾ ਸ਼ਾਮਿਲ ਹਨ ਪੰਜ ਸੈਂਟਰ ਵਿੱਚ ਕਰੀਬ 180 ਮਰੀਜ਼ ਰੱਖੇ ਹੋਏ ਹਨ ਕਰੋਨਾ ਦੇ ਸ਼ੱਕੀ ਮਰੀਜ਼ ਕਿਤੇ ਇੱਥੋਂ ਬਾਹਰ ਨਾ ਜਾਣ ਇਸ ਲਈ ਨਾ ਸੈਂਟਰਾਂ ਦੇ ਬਾਹਰ ਸਖਤ ਸੁਰੱਖਿਆ ਦਾ ਪਹਿਰਾ ਹੈ ਪਰ ਇਹਨਾਂ ਸੈਂਟਰਾਂ ਵਿੱਚਲੇ ਪ੍ਰਬੰਧਾਤੋਂ ਲੋਕ ਸੰਤੋਸ਼ ਨਹੀਂ ਹਨ ਸੋਮਾਰ ਨੂੰ ਜ ਇਲਾਕੇ ਦੇ ਸੈਂਟਰ ਵਿੱਚ ਰੱਖਿਆ ਗਿਆ ਹੈ। ਉਹਨਾਂ ਨੇ ਸੈਂਟਰ ਵਿਛਲੇ ਪ੍ਰਬੰਧਾਂ ਉੱਪਰ ਸਵਾਲ ਚੁੱਕੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇੱਥੇ ਹਰ ਪਾਸੇ ਗੰਦਗੀ ਹੈ, ਇੰਤਜ਼ਾਮ ਵੀ ਮੁਕੰਮਲ ਨਹੀਂ ਹਨ। ਉਹਨਾਂ ਨੂੰ ਇੱਥੇ ਪਰੇਸ਼ਾਨੀ ਹੋ ਰਹੀ ਹੈ। ਡੀਡੀਏ ਵਾਈਸ ਚੇਅਰਮੈਨ ਤਰਨੂ ਕਪੂਰ ਮੁਤਾਬਕ ਸਾਨੂੰ ਇਹਨਾਂ ਇਮਾਰਤਾਂ, ਅਪਾਰਟਮੈਂਟ ਨੂੰ ਬੇहद ਜਲਦਬਾਜ਼ੀ ਵਿੱਚ ਇਹਨਾਂ ਸੈਂਟਰਾਂ ਨੂੰ ਇਸ ਕੰਮ ਲਈ ਵਰਤਣਾ ਪਿਆ। ਅਸੀਂ ਆਪਣੀ ਪੂਰੀ ਵਾਹਲਾਈ ਕਿ ਸਾਰੇ ਬੰਦੋਬਸਤ ਤਰਸਤ ਹੋ ਜਾਣ। ਹਰ ਸੁਹੂਲਤ ਦੀ ਇੱਥੇ ਬੰਦੋਬਸਤ ਹੈ। ਜੋ ਸ਼ਿਕਾਇਤਾਂ ਸਾਡੇ ਕੋਲ ਆ ਰਹੀਆਂ ਹਨ ਉਹਨਾਂ ਨੂੰ ਹਰ ਹਿੱਲੇ ਦੂਰ ਕੀਤਾ ਜਾਵੇਗਾ। ਹ ਸਪੇਨ ਤੋਂ ਪਰਤੇਕ ਵਿਦਿਆਰਥੀ ਦਾ ਕਹਿਣਾ ਹੈ ਕਿ ਛਤਰਪੁਰ ਦੀ ਧਰਮਸ਼ਾਲਾ ਵਿੱਚ ਉਹ ਠਹਿਰਿਆ ਹੋਇਆ ਹੈ ਉੱਥੇ ਠੁਕਵੇਂ ਬੰਦੋਬਸਤ ਹਨ ਹਾਲਾਂਕਿ ਸਪੇਨ ਤੋਂ ਪਰਤੇਕ ਇੱਕ ਸ਼ਖਸ ਮੁਤਾਬਕ ਜਿਸ ਪੁਲਿਸ ਟ੍ਰੇਨਿੰਗ ਸੈਂਟਰ ਵਿੱਚ ਉਹਨਾਂ ਨੂੰ ਠਹਿਰਾਇਆ ਗਿਆ ਹੈ ਉੱਥੇ ਠੁਕਵੇਂ ਬੰਦੋਬਸਤ ਨਹੀਂ ਹਨ ਟਾਇਲਟ ਸੀਟਾਂ ਟੁੱਟੀਆਂ ਹੋਈਆਂ ਹਨ ਤਾਂ ਸਾਫ ਸਫਾਈ ਦਾ ਬੁਰਾ ਹਾਲ ਹੈ ਸਪੇਨ ਤੋਂ ਪਰਤੇਕ ਈਰਬ 150 ਭਾਰਤੀਆਂ ਨੂੰ ਇਸ ਸੈਂਟਰ ਵਿੱਚ ਸ਼ਿਫਟ ਕੀਤਾ ਗਿਆ ਹੈ ਜਿਨ੍ਹਾਂ ਨੇ ਸਾਫ ਸਫਾਈ ਸਮੇਤ ਹੋਰ ਪ੍ਰਬੰਧ ਉੱਪਰ ਨਾਖੁਸ਼ੀ ਜ਼ਾਹਰ ਕੀਤੀ ਹੈ ਇੱਕ ਵਿਦਿਆਰਥੀ ਦਾ ਕਹਿਣਾ ਹੈ ਕਿ ਉਸ ਨੂੰ ਕਈ ਟੈਸਟ ਤੋਂ ਬਾਅਦ ਆਖਿਰ 12 ਘੰ ਵੀ ਸੁਣੇ ਗਿਆ ਕਿ ਉਹ ਚੰਗਾ ਰਹਿੰਦੇ ਜੇ ਆਪਣੀ ਟ੍ਰੈਵਲ ਹਿਸਟਰੀ ਨੂੰ ਸ਼ੇਅਰ ਨਾ ਕਰ ਦੇ। ਇੱਕ ਯੂਨਿਟ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਵਿੱਚੋਂ ਬਹੁਤਿਆਂ ਨੂੰ ਕੁਝ ਸਮਾਂ ਰੱਖਣ ਤੋਂ ਬਾਅਦ ਛੱਡ ਦਿੱਤਾ ਗਿਆ ਜਦ ਕਿ ਹਾਈ ਬਲੱਡ ਪ੍ਰੈਸ਼ਰ ਅਤੇ ਫੀ버 ਵਾਲੇ ਕੁਝ ਮਰੀਜ਼ ਰੋਕ ਲੈ ਗਏ। ਸੋ ਭਾਰਤ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਨਾਲ 3 ਮੌਤਾਂ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦਾ ਅੰਕੜਾ 150 ਦੇ ਕਰੀਬ ਪਹੁੰਚ ਚੁੱਕਾ ਹੈ। ਗਲੋਬ ਐਡਵਾਈਸ, ਓਵਰਸੇਡ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਏ। ਸਾਨੂੰ 35 ਸਾਲ ਦਾ ਐਕਸਪੀਰੀਐਂਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ ਅਸੀਂ ਤੇ ਬੱਚਾ ਦੇ ਵੀਜ਼ਾ ਐਲਓਆਰਸ ਐਸਓਪੀ ਵਿੱਚ ਹੈਲਪ ਕਰਨੇ ਆ ਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ 에ਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਆ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ